ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਹਰਿਆਣਾ ਸਰਕਾਰ ਵੱਲੋਂ 15 ਅਗਸਤ ਤੋਂ ਸਕੂਲਾਂ ਵਿੱਚ ਜੈ ਹਿੰਦ ਦੇ ਅਮਲ ਨੂੰ ਲਾਗੂ ਕਰਨਾ ਘੱਟ ਗਿਣਤੀ ਕੌਮਾਂ ਦੀਆਂ ਭਾਵਨਾਵਾਂ ਨੂੰ ਕੁਚਲਣ ਦੇ ਬਰਾਬਰ ਹੈ। ਉਹਨਾਂ ਕਿਹਾ ਕਿ ਇੰਡੀਆ ਦਾ ਜਮਹੂਰੀਅਤ ਮੁਲਕ ਬਹੁ ਕੌਮਾਂ, ਬਹੁ ਭਾਸ਼ਾਵਾਂ, ਬਹੁ ਸੱਭਿਅਤਾ ਵਾਲਾ ਇੱਕ ਸਾਂਝਾ ਮੁਲਕ ਹੈ ਜਿੱਥੇ ਕਿਸੇ ਵੀ ਕੌਮ ਜਾਂ ਧਰਮ ਦੀ ਰਵਾਇਤ ਨੂੰ ਸਾਰੀਆਂ ਕੌਮਾਂ ਧਰਮਾਂ ਉੱਤੇ ਜਬਰੀ ਨਹੀਂ ਠੂਸਿਆ ਜਾ ਸਕਦਾ। ਜੇਕਰ ਹੁਕਮਰਾਨ ਅਜਿਹਾ ਅਮਲ ਤਾਨਾਸ਼ਾਹੀ ਸੋਚ ਅਧੀਨ ਕਰਨਗੇ ਤਾਂ ਇੱਥੋਂ ਦੇ ਹਾਲਾਤ ਕਦੇ ਵੀ ਸੁਖਾਵੇਂ ਨਹੀਂ ਰਹਿ ਸਕਣਗੇ। ਉਹਨਾਂ ਹਰਿਆਣਾ ਸੂਬੇ ਵਿੱਚ ਮੁਨਸਵੀ ਸੋਚ ਅਧੀਨ ਉੱਥੇ ਵਸਣ ਵਾਲੀਆਂ ਸਭ ਕੌਮਾਂ ਦੇ ਸਕੂਲੀ ਵਿਦਿਆਰਥੀਆਂ ਉੱਤੇ ਸਕੂਲ ਵਿੱਚ ਇੱਕ ਦੂਸਰੇ ਨੂੰ ਜਬਰੀ ਜੈ ਹਿੰਦ ਕਹਿਣ ਦੇ ਕੀਤੇ ਜਾਣ ਵਾਲੇ ਹੁਕਮਾਂ ਨੂੰ ਫਿਰਕੂ ਅਤੇ ਨਫ਼ਰਤ ਵਧਾਉਣ ਵਾਲੇ ਕਰਾਰ ਦਿੱਤਾ ਹੈ ਅਤੇ ਉਹਨਾਂ ਨੇ ਇੱਥੋਂ ਦੇ ਮਾਹੌਲ ਨੂੰ ਗੰਦਲਾ ਕਰਨ ਸੰਬੰਧੀ ਖਬਰਦਾਰ ਵੀ ਕੀਤਾ ਹੈ। ਉਹਨਾਂ ਕਿਹਾ ਕਿ ਜੇਕਰ ਬਹੁਗਿਣਤੀ ਹਿੰਦੂ ਮੁਲਕ ਅਜਿਹੇ ਸਮੇਂ 'ਤੇ ਆਪਣੀ ਕਿਸੇ ਹਿੰਦੁੱਤਵ ਰਵਾਇਤ ਨੂੰ ਜਿਵੇਂ ਜੈ ਹਿੰਦ ਕਹਿਣ ਵਾਲੀ ਗੱਲ ਹੈ ਲਾਗੂ ਕਰਦਾ ਤਾਂ ਜਿੱਥੇ ਕਿਤੇ ਵੀ ਸਿੱਖ ਬੱਚੇ ਸਕੂਲਾਂ ਕਾਲਜਾਂ ਵਿੱਚ ਪੜ੍ਹਦੇ ਹਨ ਤਾਂ ਉਹਨਾਂ ਨੂੰ ਵੀ ਬਿਨਾਂ ਕਿਸੇ ਡਰ ਭੈ ਅਤੇ ਆਜ਼ਾਦੀ ਤੋਂ ਆਪਣੀ ਰਵਾਇਤ ਅਨੁਸਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਹਰਿਆਣਾ ਸਰਕਾਰ ਆਪਣੇ ਵੱਲੋਂ ਕੀਤੇ ਗਏ ਉਪਰੋਕਤ ਫਿਰਕੂ ਹੁਕਮਾਂ ਨੂੰ ਜਾਂ ਤਾਂ ਤੁਰੰਤ ਵਾਪਸ ਲੈ ਲਵੇਗੀ ਜਾਂ ਫਿਰ ਸਿੱਖ ਕੌਮ ਨੂੰ ਵੀ ਆਪਣੇ ਕੌਮੀ ਰਵਾਇਤ ਅਨੁਸਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਣ ਦੀ ਇਜਾਜ਼ਤ ਦੇ ਦੇਵੇਗੀ। ਅਜਿਹੇ ਅਮਲ ਕਰਕੇ ਹੀ ਬਰਾਬਰਤਾ ਅਤੇ ਨਿਰਪੱਖਤਾ ਦੇ ਅਮਲਾਂ ਨੂੰ ਉਜਾਗਰ ਕੀਤਾ ਜਾ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਹਰਿਆਣਾ ਸਰਕਾਰ ਵੱਲੋਂ 15 ਅਗਸਤ ਤੋਂ ਸਕੂਲਾਂ ਵਿੱਚ ਜੈ ਹਿੰਦ ਦੇ ਅਮਲ ਨੂੰ ਲਾਗੂ ਕਰਨਾ ਘੱਟ ਗਿਣਤੀ ਕੌਮਾਂ ਦੀਆਂ ਭਾਵਨਾਵਾਂ ਨੂੰ ਕੁਚਲਣ ਦੇ ਬਰਾਬਰ ਹੈ। ਉਹਨਾਂ ਕਿਹਾ ਕਿ ਇੰਡੀਆ ਦਾ ਜਮਹੂਰੀਅਤ ਮੁਲਕ ਬਹੁ ਕੌਮਾਂ, ਬਹੁ ਭਾਸ਼ਾਵਾਂ, ਬਹੁ ਸੱਭਿਅਤਾ ਵਾਲਾ ਇੱਕ ਸਾਂਝਾ ਮੁਲਕ ਹੈ ਜਿੱਥੇ ਕਿਸੇ ਵੀ ਕੌਮ ਜਾਂ ਧਰਮ ਦੀ ਰਵਾਇਤ ਨੂੰ ਸਾਰੀਆਂ ਕੌਮਾਂ ਧਰਮਾਂ ਉੱਤੇ ਜਬਰੀ ਨਹੀਂ ਠੂਸਿਆ ਜਾ ਸਕਦਾ। ਜੇਕਰ ਹੁਕਮਰਾਨ ਅਜਿਹਾ ਅਮਲ ਤਾਨਾਸ਼ਾਹੀ ਸੋਚ ਅਧੀਨ ਕਰਨਗੇ ਤਾਂ ਇੱਥੋਂ ਦੇ ਹਾਲਾਤ ਕਦੇ ਵੀ ਸੁਖਾਵੇਂ ਨਹੀਂ ਰਹਿ ਸਕਣਗੇ। ਉਹਨਾਂ ਹਰਿਆਣਾ ਸੂਬੇ ਵਿੱਚ ਮੁਨਸਵੀ ਸੋਚ ਅਧੀਨ ਉੱਥੇ ਵਸਣ ਵਾਲੀਆਂ ਸਭ ਕੌਮਾਂ ਦੇ ਸਕੂਲੀ ਵਿਦਿਆਰਥੀਆਂ ਉੱਤੇ ਸਕੂਲ ਵਿੱਚ ਇੱਕ ਦੂਸਰੇ ਨੂੰ ਜਬਰੀ ਜੈ ਹਿੰਦ ਕਹਿਣ ਦੇ ਕੀਤੇ ਜਾਣ ਵਾਲੇ ਹੁਕਮਾਂ ਨੂੰ ਫਿਰਕੂ ਅਤੇ ਨਫ਼ਰਤ ਵਧਾਉਣ ਵਾਲੇ ਕਰਾਰ ਦਿੱਤਾ ਹੈ ਅਤੇ ਉਹਨਾਂ ਨੇ ਇੱਥੋਂ ਦੇ ਮਾਹੌਲ ਨੂੰ ਗੰਦਲਾ ਕਰਨ ਸੰਬੰਧੀ ਖਬਰਦਾਰ ਵੀ ਕੀਤਾ ਹੈ। ਉਹਨਾਂ ਕਿਹਾ ਕਿ ਜੇਕਰ ਬਹੁਗਿਣਤੀ ਹਿੰਦੂ ਮੁਲਕ ਅਜਿਹੇ ਸਮੇਂ 'ਤੇ ਆਪਣੀ ਕਿਸੇ ਹਿੰਦੁੱਤਵ ਰਵਾਇਤ ਨੂੰ ਜਿਵੇਂ ਜੈ ਹਿੰਦ ਕਹਿਣ ਵਾਲੀ ਗੱਲ ਹੈ ਲਾਗੂ ਕਰਦਾ ਤਾਂ ਜਿੱਥੇ ਕਿਤੇ ਵੀ ਸਿੱਖ ਬੱਚੇ ਸਕੂਲਾਂ ਕਾਲਜਾਂ ਵਿੱਚ ਪੜ੍ਹਦੇ ਹਨ ਤਾਂ ਉਹਨਾਂ ਨੂੰ ਵੀ ਬਿਨਾਂ ਕਿਸੇ ਡਰ ਭੈ ਅਤੇ ਆਜ਼ਾਦੀ ਤੋਂ ਆਪਣੀ ਰਵਾਇਤ ਅਨੁਸਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਹਰਿਆਣਾ ਸਰਕਾਰ ਆਪਣੇ ਵੱਲੋਂ ਕੀਤੇ ਗਏ ਉਪਰੋਕਤ ਫਿਰਕੂ ਹੁਕਮਾਂ ਨੂੰ ਜਾਂ ਤਾਂ ਤੁਰੰਤ ਵਾਪਸ ਲੈ ਲਵੇਗੀ ਜਾਂ ਫਿਰ ਸਿੱਖ ਕੌਮ ਨੂੰ ਵੀ ਆਪਣੇ ਕੌਮੀ ਰਵਾਇਤ ਅਨੁਸਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਣ ਦੀ ਇਜਾਜ਼ਤ ਦੇ ਦੇਵੇਗੀ। ਅਜਿਹੇ ਅਮਲ ਕਰਕੇ ਹੀ ਬਰਾਬਰਤਾ ਅਤੇ ਨਿਰਪੱਖਤਾ ਦੇ ਅਮਲਾਂ ਨੂੰ ਉਜਾਗਰ ਕੀਤਾ ਜਾ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਹਰਿਆਣਾ ਸਰਕਾਰ ਵੱਲੋਂ 15 ਅਗਸਤ ਤੋਂ ਸਕੂਲਾਂ ਵਿੱਚ ਜੈ ਹਿੰਦ ਦੇ ਅਮਲ ਨੂੰ ਲਾਗੂ ਕਰਨਾ ਘੱਟ ਗਿਣਤੀ ਕੌਮਾਂ ਦੀਆਂ ਭਾਵਨਾਵਾਂ ਨੂੰ ਕੁਚਲਣ ਦੇ ਬਰਾਬਰ ਹੈ। ਉਹਨਾਂ ਕਿਹਾ ਕਿ ਇੰਡੀਆ ਦਾ ਜਮਹੂਰੀਅਤ ਮੁਲਕ ਬਹੁ ਕੌਮਾਂ, ਬਹੁ ਭਾਸ਼ਾਵਾਂ, ਬਹੁ ਸੱਭਿਅਤਾ ਵਾਲਾ ਇੱਕ ਸਾਂਝਾ ਮੁਲਕ ਹੈ ਜਿੱਥੇ ਕਿਸੇ ਵੀ ਕੌਮ ਜਾਂ ਧਰਮ ਦੀ ਰਵਾਇਤ ਨੂੰ ਸਾਰੀਆਂ ਕੌਮਾਂ ਧਰਮਾਂ ਉੱਤੇ ਜਬਰੀ ਨਹੀਂ ਠੂਸਿਆ ਜਾ ਸਕਦਾ। ਜੇਕਰ ਹੁਕਮਰਾਨ ਅਜਿਹਾ ਅਮਲ ਤਾਨਾਸ਼ਾਹੀ ਸੋਚ ਅਧੀਨ ਕਰਨਗੇ ਤਾਂ ਇੱਥੋਂ ਦੇ ਹਾਲਾਤ ਕਦੇ ਵੀ ਸੁਖਾਵੇਂ ਨਹੀਂ ਰਹਿ ਸਕਣਗੇ। ਉਹਨਾਂ ਹਰਿਆਣਾ ਸੂਬੇ ਵਿੱਚ ਮੁਨਸਵੀ ਸੋਚ ਅਧੀਨ ਉੱਥੇ ਵਸਣ ਵਾਲੀਆਂ ਸਭ ਕੌਮਾਂ ਦੇ ਸਕੂਲੀ ਵਿਦਿਆਰਥੀਆਂ ਉੱਤੇ ਸਕੂਲ ਵਿੱਚ ਇੱਕ ਦੂਸਰੇ ਨੂੰ ਜਬਰੀ ਜੈ ਹਿੰਦ ਕਹਿਣ ਦੇ ਕੀਤੇ ਜਾਣ ਵਾਲੇ ਹੁਕਮਾਂ ਨੂੰ ਫਿਰਕੂ ਅਤੇ ਨਫ਼ਰਤ ਵਧਾਉਣ ਵਾਲੇ ਕਰਾਰ ਦਿੱਤਾ ਹੈ
ਅਤੇ ਉਹਨਾਂ ਨੇ ਇੱਥੋਂ ਦੇ ਮਾਹੌਲ ਨੂੰ ਗੰਦਲਾ ਕਰਨ ਸੰਬੰਧੀ ਖਬਰਦਾਰ ਵੀ ਕੀਤਾ ਹੈ। ਉਹਨਾਂ ਕਿਹਾ ਕਿ ਜੇਕਰ ਬਹੁਗਿਣਤੀ ਹਿੰਦੂ ਮੁਲਕ ਅਜਿਹੇ ਸਮੇਂ 'ਤੇ ਆਪਣੀ ਕਿਸੇ ਹਿੰਦੂਤਵ ਰਵਾਇਤ ਨੂੰ ਜਿਵੇਂ ਜੈ ਹਿੰਦ ਕਹਿਣ ਵਾਲੀ ਗੱਲ ਹੈ ਲਾਗੂ ਕਰਦਾ ਤਾਂ ਜਿੱਥੇ ਕਿਤੇ ਵੀ ਸਿੱਖ ਬੱਚੇ ਸਕੂਲਾਂ ਕਾਲਜਾਂ ਵਿੱਚ ਪੜ੍ਹਦੇ ਹਨ ਤਾਂ ਉਹਨਾਂ ਨੂੰ ਵੀ ਬਿਨਾਂ ਕਿਸੇ ਡਰ ਭੈ ਅਤੇ ਆਜ਼ਾਦੀ ਤੋਂ ਆਪਣੀ ਰਵਾਇਤ ਅਨੁਸਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਹਰਿਆਣਾ ਸਰਕਾਰ ਆਪਣੇ ਵੱਲੋਂ ਕੀਤੇ ਗਏ ਉਪਰੋਕਤ ਫਿਰਕੂ ਹੁਕਮਾਂ ਨੂੰ ਜਾਂ ਤਾਂ ਤੁਰੰਤ ਵਾਪਸ ਲੈ ਲਵੇਗੀ ਜਾਂ ਫਿਰ ਸਿੱਖ ਕੌਮ ਨੂੰ ਵੀ ਆਪਣੇ ਕੌਮੀ ਰਵਾਇਤ ਅਨੁਸਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਣ ਦੀ ਇਜਾਜ਼ਤ ਦੇ ਦੇਵੇਗੀ। ਅਜਿਹੇ ਅਮਲ ਕਰਕੇ ਹੀ ਬਰਾਬਰਤਾ ਅਤੇ ਨਿਰਪੱਖਤਾ ਦੇ ਅਮਲਾਂ ਨੂੰ ਉਜਾਗਰ ਕੀਤਾ ਜਾ ਸਕਦਾ ਹੈ।